ਪੰਜਾਬ ਨੂੰ ਕੀ ਕਹਿ ਸਕਦੇ ਆ ਜਾਂ ਪੰਜਾਬ ਨੂੰ ਕੀ ਕਹੀਏ ਨਸ਼ਿਆਂ ਵਾਲਾ ਪੰਜਾਬ ਖੁਦਕੁਸ਼ੀਆਂ ਵਾਲਾ ਪੰਜਾਬ ਜਾਂ ਪੰਜਾਬ ਦੀ ਜਵਾਨੀ ਛੱਡ ਛੱਡ ਕੇ ਜਿਹੜੀ ਬਾਹਰ ਜਾ ਰਹੀ ਆ ਉਹ ਪੰਜਾਬ ਜਾਂ ਹੁਣ ਪੰਜਾਬ ਦੇ ਗੱਬਰੂਆਂ ਦੇ ਸੁਪਣਿਆਂ ਦੇ ਵਿੱਚ ਭਗ ਸਿੰਘ ਕਿਉਂ ਨਹੀਂ ਆਉਂਦਾ ਉਹਨਾਂ ਦੇ ਸੁਪਣਿਆਂ ਦੇ ਵਿੱਚ ਯੂਰਪ ਆਸਟ੍ਰੇਲੀਆ ਅਮਰੀਕਾ ਕੈਨੇਡਾ ਵਗੈਰਾ ਕਿਉਂ ਆ ਰਹੇ ਨੇ ਤੇ ਜਾਂ ਫਿਰ ਪੰਜਾਬ ਨੂੰ ਕਰਜ਼ਿਆਂ ਵਾਲਾ ਪੰਜਾਬ ਕਹੀਏ ਕਿਹੜਾ ਪੰਜਾਬ ਕਹੀਏ ਤੁਸੀਂ ਆਪ ਹੀ ਸੋਚ ਲੈਣਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ABC ਪੰਜਾਬ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਪੁੱਲਰ ਅਸੀਂ ਜਿਸ ਪੱਖ ਤੇ ਅੱਜ ਤੁਹਾਡੇ ਨਾਲ ਸਾਝ ਪਾਵਾਂਗੇ ਉਹ ਸਾਝ ਹੈ ਕਿ ਪੰਜਾਬ ਨੂੰ ਹੁਣ ਕਿਸ ਨਾਮ ਦੇ ਨਾਲ ਜਾਣਿਆ ਜਾਈਏ ਗੁਰੂਆਂ ਦਾ ਪੰਜਾਬ ਪੀਰ ਪਗੰਬਰਾਂ ਦਾ ਪੰਜਾਬ ਸੂਰਬੀਰਾਂ ਦਾ ਪੰਜਾਬ ਦੇਸ਼ ਦੀ ਅਗਵਾਈ ਕਰਨ ਵਾਲਾ ਪੰਜਾਬ ਲੇਕਿਨ ਉਹ ਪੰਜਾਬ ਜਿਹੜਾ ਰੰਗਲਾ ਪੰਜਾਬ ਸੀ ਉਹ ਕੰਗਲਾ ਪੰਜਾਬ ਹੋ ਗਿਆ ਤੇ ਉਸ ਕੰਗਲੇ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਭਗਵੰਤ ਮਾਨ ਨੇ ਸ਼ੀধে ਆਜਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਜਾ ਕੇ ਸੌਹ ਚੁੱਕੀ ਸੀ ਕਿ ਰੰਗਲਾ ਪੰਜਾਬ ਬਣਾਇਆ ਜਾਊਗਾ ਤੇ ਨਾਲ ਇਹ ਵੀ ਸਰਕਾਰ ਸੰਭਾਲਣ ਤੋਂ ਬਾਅਦ ਕਿਹਾ ਕਿ ਜਿਹੜੇ ਪੰਜਾਬ ਨੂੰ ਲੁੱਟ ਕੇ ਖਾ ਗਏ ਜਿਹੜੇ ਪੰਜਾਬ ਨੂੰ ਕਰਜ਼ੇਦਾਰ ਬਣਾ ਗਏ ਪੰਜਾਬ ਕਰਜ਼ੇ ਹੇਠਾ ਕਿਵੇਂ ਦੱਬਿਆ ਗਿਆ ਉਹਨਾਂ ਲੋਕਾਂ ਦੀ ਪਰਚੋਲ ਕਰਾਂਗੇ ਜਾਂਚ ਕਰਾਂਗੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਹ ਰੰਗਲਾ ਪੰਜਾਬ ਕਿਵੇਂ ਕੰਗਲਾ ਹੋਇਆ ਕਿਵੇਂ ਖੁਸ਼ਹਾਲੀ ਦਾ ਨਾਮ ਸੀ ਪੰਜਾਬ ਉਹ ਅੱਜ ਬਦਹਾਲੀ ਦਾ ਨਾਮ ਪੰਜਾਬ ਬਣ ਚੁੱਕਾ ਤੇ ਭਗਵੰਤ ਮਾਨ ਸਾਹਿਬ ਨੇ ਜਿਹੜੇ ਪਿਛਲੇ ਨੇ ਜਿਹੜੇ ਪਿਛਲੇ ਗੰਦ ਪਾ ਕੇ ਗਏ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਨੂੰ ਲੁੱਟ ਗਏ ਸੀ ਉਹਨਾਂ ਦੀ ਜਾਂਚ ਕੀ ਕਰਨੀ ਹੈ ਉਹਨਾਂ ਦੀ ਉਹ ਜਾਂਚ ਕਿਵੇਂ ਕਰਨੀ ਕਿ ਉਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਕਿਵੇਂ ਪੰਜਾਬ ਕਰਜ਼ੇ ਚ ਡੁੱਬਿਆ ਗਿਆ ਹੁਣ ਖੁਦ ਭਗਵੰਤ ਮਾਨ ਨੂੰ ਸਰਕਾਰ ਚਲਾਉਣ ਵਾਸਤੇ ਕਰਜ਼ੇ ਲੈਣੇ ਪੈ ਰਹੇ ਨੇ 2 ਮਹੀਨੇ ਹੱਲੇ ਹੋਏ ਨਹੀਂ ਆ 16 ਮਾਰਚ ਨੂੰ ਸੌ ਚੁੱਕੀ ਸੀ ਤੇ 16 ਮਈ ਨੂੰ 2 ਮਹੀਨੇ ਹੋਨੇ ਨੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਦੋਨਾਂ ਮਹੀਨਿਆਂ ਦੇ ਵਿੱਚ ਸਰਕਾਰ ਚਲਾਉਣ ਵਾਸਤੇ 8000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਮਤਲਬ ਹਰ ਮਹੀਨੇ 4000 ਕਰੋੜ ਤੇ ਜੇ ਭਗਵੰਤ ਮਾਨ ਸਰਕਾਰ ਨੇ ਇਸੇ ਗਤੀ ਦੇ ਨਾਲ ਇਸੇ ਸਪੀਡ ਦੇ ਨਾਲ ਕਰਜ਼ਾ ਲੈਣਾ ਜਾਰੀ ਰੱਖਿਆ ਤੇ 4000 ਦੀ ਅਗਰ ਐਵਰੇਜ ਕੱਢ ਲਈਏ ਤੇ 12 ਦੇ ਨਾਲ ਤੁਸੀਂ ਆਪ ਗੁਣਾ ਕਰ ਲਿਓ 48000 ਕਰੋੜ ਰੁਪਏ ਬਣ ਜਾਂਦਾਗਾ 1 ਸਾਲ ਦਾ ਤੇ ਫਿਰ 48000 ਕਰੋੜ ਨੂੰ 5 ਸਾਲਾਂ ਦੇ ਨਾਲ ਗੁਣਾ ਕਰ ਲਿਓ ਤੇ ਫਿਰ ਆਪ ਲਾ ਲਿਓ ਕਿ ਕਿੰਨੇ ਪੈਸੇ ਬਣ ਜਾਂਦੇ ਨੇ 255000 ਕਰੋੜ ਰੁਪਇਆ ਬਣ ਜਾਣਾਗਾ ਜੇ ਇਸੇ ਰਫਤਾਰ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਚੱਲਦੀ ਰਹੀ ਕਰਜ਼ੇ ਲੈਣ ਚ ਫਿਰ ਭਗਵੰਤ ਮਾਨ ਪ੍ਰਕਾਸ਼ ਸਿੰਘ ਬਾਦਲ ਦਾ ਕੈਪਟਨ ਮਿਰਿੰਦਰ ਸਿੰਘ ਦਾ ਵੀ ਰਿਕਾਰਡ ਤੋੜ ਦੇਣਗੇ ਜੇ ਇਸੇ ਗਤੀ ਦੇ ਨਾਲ ਜੇ ਹਰ ਮਹੀਨੇ 4000 ਕਰੋੜ ਪੈਦਾ ਜੇ ਭਗਵੰਤ ਮਾਤਾ ਦੀ ਸਰਕਾਰ ਨੂੰ ਕਰਜ਼ਾ ਲੈਣਾ ਪਿਆ ਹੁਣ ਅਸੀਂ ਦੱਸਾਂਗੇ ਕਿ ਜਿਹੜਾ 10 ਮਾਰਚ 2022 ਨੂੰ ਜਿਹੜਾ ਕਰਜ਼ਾ ਚੁੱਕਿਆ ਉਹ 스ਪੀਡ ਦਾ 1500 ਕਰੋੜ ਫਿਰ 24 ਮਾਰਚ ਨੂੰ 2500 ਕਰੋੜ ਤੇ ਫਿਰ 5500 ਕਰੋੜ ਰੁਪਈਆ ਮਤਲਬ ਕੁੱਲ 8000 ਕਰੋੜ ਰੁਪਈਆ ਕਰਜ਼ਾ ਚੱਕ ਲਿਆਗਾ ਹੁਣ ਪਿਛਲਿਆਂ ਦੀ ਵੀ ਗੱਲ ਕਰ ਲਈਏ ਕਿ ਪਿਛਲੀ ਸਰਕਾਰ ਨੇ ਕੀ ਕੁਝ ਪੰਜਾਬ ਦੇ ਵਿੱਚ ਚੰਦ ਚਾੜਿਆ ਸੀ ਅਗਰ ਗੱਲ ਕੀਤੀ ਜਾਵੇ ਤਾਂ 2019-20 ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਵਿੱਤੀ ਵਰਹ ਜਿਹੜਾ 1 April ਤੋਂ ਸ਼ੁਰੂ ਹੁੰਦਾ ਤੇ ਫਿਰ ਅਗਲੇ ਸਾਲ ਦੀ 31 March ਤੱਕ ਹੁੰਦਾ ਅਗਰ 2019-2020 ਦੇ ਵਿੱਤੀ ਵਰਹੇ ਦੀ ਗੱਲ ਕਰੀਏ ਤਾਂ ਉਸ ਸਮੇਂ ਪੰਜਾਬ ਤੇ 229000 ਕਰੋੜ ਦਾ ਕਰਜ਼ਾ ਸੀ ਫਿਰ 2020 2021 ਦੀ ਗੱਲ ਕੀਤੀ ਜਾਵੇ ਤਾਂ ਕਰਜ਼ਾ ਵੱਧ ਕੇ 248000 ਕਰੋੜ ਹੋ ਗਿਆ ਫਿਰ 2021 22 ਦੀ ਗੱਲ ਕੀਤੀ ਜਾਵੇ ਤਾਂ ਫਿਰ 261000 ਕਰੋੜ ਕਰਜ਼ਾ ਹੋ ਗਿਆ ਤੇ ਫਿਰ ਜੇ 31 ਮਾਰਚ 2022 ਦੀ ਗੱਲ ਕੀਤੀ ਜਾਵੇ ਤਾਂ ਫਿਰ 282000 ਕਰੋੜ ਕਰਜ਼ਾ ਹੋ ਗਿਆ ਮਤਲਬ ਇਸ ਸਮੇਂ ਪੰਜਾਬ ਤੇ ਕਰੀਬ ਕਰੀਬ 282000 ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਤੇ ਜੇ 282000 ਕਰੋੜ ਨੂੰ ਪੰਜਾਬ ਦੀ ਪੌਣੇ 3 ਕਰੋੜ ਆਬਾਦੀ ਦੇ ਨਾਲ ਤਕਸੀਮ ਕਰ ਲਈਏ ਭਾਗ ਕਰ ਲਈਏ ਤੇ ਹਰ ਪੰਜਾਬੀ ਕੀ ਹਰ ਜੰਮਣ ਵਾਲਾ ਪੰਜਾਬੀ ਵੀ ਕਰਜ਼ਈ ਬਣਾ ਦਿੱਤਾ ਇਹਨਾਂ ਸਿਆਸੀ ਲੋਕਾਂ ਨੇ ਤੇ ਜਿਹੜੇ ਸਰਕਾਰਾਂ ਨੇ ਹੁਣ ਅਗਰ ਅਸੀਂ ਕਰਜ਼ਾ ਵੀ ਸਾਡੇ ਤੇ ਇਹਨਾਂ ਤੇ ਕਰਜ਼ੇ ਦਾ ਜਿਹੜਾ ਸੀ ਵਿਆਜ ਆ ਜਿਹੜਾ ਸਾਨੂੰ ਵਿਆਜ ਦੇਣਾ ਪੈ ਰਿਹਾ 2019-20 ਵਿੱਚ ਜਿੱਥੇ ਸਾਡੇ ਤੇ 229000 ਕਰੋੜ ਦਾ ਕਰਜ਼ਾ ਸੀ ਉਸ ਸਾਲ ਅਸੀਂ ਜਿਹੜਾ ਵਿਆਜ ਦੇ ਰਹੇ ਸੀ ਉਹ 17567 ਕਰੋੜ ਰੁਪਏ ਜਿੱਥੇ 2020-2021 ਸਾਡੇ ਤੇ 248000 ਕਰੋੜ ਦਾ ਕਰਜ਼ਾ ਸੀ ਉਸੇ ਸਾਲ ਅਸੀਂ ਵਿਆਜ ਕਿੰਨਾ ਦੇ ਰਹੇ ਸੀ 19075 ਕਰੋੜ ਰੁਪਿਆ ਜਦ ਸਾਡੇ ਸਿਰ ਤੇ 2616000 ਕਰੋੜ ਦਾ ਕਰਜ਼ਾ ਸੀ ਤੇ ਅਸੀਂ ਕਿੰਨਾ ਵਿਆਜ ਦੇ ਰਹੇ ਸੀ 22 ਚ 20315 ਕਰੋੜ ਦਾ ਮਤਲਬ ਜੇ 20315 ਕਰੋੜ ਅਸੀਂ ਹਰ ਸਾਲ ਵਿਆਜ ਦਿੰਦੇ ਆ ਤੇ ਜੇ 12 ਮਹੀਨਿਆਂ ਦੇ ਨਾਲ ਅਸੀਂ ਤਕਸੀਮ ਕਰ ਲਈਏ ਭਾਗ ਕਰ ਲਈਏ ਤੇ ਮਤਲਬ ਹਰ ਮਹੀਨੇ ਅਸੀਂ 1600 68 ਕਰੋੜ ਰੁਪਇਆ ਦਿੰਦੇ ਆ ਹਰ ਮਹੀਨੇ ਤੇ ਜੇ 1668 ਨੂੰ ਅਸੀਂ 30 ਦਿਨਾਂ ਦੇ ਨਾਲ ਡਿਵਾਈਡ ਕਰ ਲਈਏ ਭਾਗ ਕਰ ਲਈਏ ਤਕਸੀਮ ਕਰ ਲਈਏ ਤੇ ਫਿਰ ਲਗਭਗ 500 ਕਰੋੜ ਰੁਪਏ ਅਸੀਂ ਹਰ ਰੋਜ਼ ਕਰਜ਼ਾ ਚੁਕਾ ਰਹਿਆਂ ਇਹ ਪੰਜਾਬ ਦੀ ਇੱਕ ਤਸਵੀਰ ਆ ਕਰਜ਼ਿਆਂ ਵਾਲਾ ਪੰਜਾਬ ਇਸ ਕਰਕੇ ਅਸੀਂ ਕਿਹਾ ਕਿ ਉਹ ਪੰਜਾਬ ਜਿਹੜਾ ਖੁਸ਼ਹਾਲੀ ਦਾ ਨਾਮ ਸੀ ਪੰਜਾਬ ਉਹ ਕਰਜ਼ਿਆਂ ਵਾਲਾ ਪੰਜਾਬ ਕਿਵੇਂ ਬਣਾ ਦਿੱਤਾ ਗਿਆ ਕਿ ਹਰ ਰੋਜ਼ ਸਾਨੂੰ 500 ਕਰੋੜ ਰੁਪਏ ਕਰਜ਼ਾ ਤਾਰਨਾ ਪੈ ਰਿਹਾ ਹੁਣ ਜਿਹੜੀ ਪੰਜਾਬ ਦੀ ਇਨਕਮ ਆ ਪੰਜਾਬ ਸਰਕਾਰ ਦੀ ਜਿਹੜੀ ਸਾਨੂੰ GST ਤੋਂ ਪੈਸੇ ਆਉਂਦੇ ਨੇ ਉਹ 16000 ਕਰੋੜ ਰੁਪਏ ਦੇ ਆਸ-ਪਾਸ ਨੇ ਜਿਹੜੇ ਸਾਨੂੰ ਕੇਂਦਰੀ ਗਰਾਂਟਾ ਮਿਲਦੀਆਂ ਹੈਗੀਆਂ ਉਹ ਲਗਭਗ 38000 ਕਰੋੜ ਰੁਪਏ ਜਿਹਦੇ ਵਿੱਚ ਜੀਐਸਟੀ ਦਾ ਮੁਆਵਜ਼ਾ ਵੀ ਹੈਗਾ ਉਹ ਵੀ ਹੁਣ 31 ਮਈ ਨੂੰ ਖਤਮ ਹੋ ਜਾਣਾ ਹੈਗਾ ਫਿਰ ਜਿਹੜਾ ਕੇਂਦਰੀ ਕਰਾਂ ਚੋਂ ਟੈਕਸਾਂ ਚੋਂ ਸਾਨੂੰ ਹਿੱਸਾ ਹੁੰਦਾ ਉਹ ਲਗਭਗ 12000 ਕਰੋੜ ਰੁਪਈਆ ਤੇ ਜਿਹੜੇ ਸਟੇਟ ਦੇ ਆਪਣੇ ਸੋਰਸ ਨੇ ਆਮਦਨ ਨੇ ਕੁੱਲ ਮਿਲਾ ਕੇ ਸਾਡੀ ਜਿਹੜੀ ਟੋਟਲ ਇਨਕਮ ਆ ਪੰਜਾਬ ਦੀ ਉਹ ਹੈਗੀ ਆ 95297 ਕਰੋੜ ਰੁਪਈਆ ਇਹ ਸਾਡੀ ਇਨਕਮ ਆ ਸਾਲ ਦੀ ਤੇ ਜਿਹੜੇ ਸਾਡੇ ਖਰਚੇ ਨੇ ਉਹ ਹੈ ਨੇ ਖਰਚੇ 1 ਲੱਖ ਲਗਭਗ 31000 ਕਰੋੜ ਮਤਲਬ ਇਨਕਮ ਘਟਾ ਖਰਚੇ ਜ਼ਿਆਦੇ ਨੇ ਇਨਕਮ ਸਾਡੀ ਹੈਗੀ 95297 ਕਰੋੜ ਰੁਪਈਆ ਤੇ ਜਿਹੜੇ ਸਾਡੇ ਖਰਚੇ ਨੇ ਪੰਜਾਬ ਦੇ ਉਹ ਹੈਗੇ ਨੇ 131000 ਕਰੋੜ ਰੁਪਈਆ ਮਤਲਬ 131000 ਕਰੋੜ ਚੋਂ ਅਸੀਂ ਜੇ 95297 ਕੱਢ ਲਈਏ ਤਾਂ ਲਗਭਗ 7.8 ਹਜ਼ਾਰ ਕਰੋੜ ਰੁਪਈਆ ਸਾਡਾ ਅਸੀਂ ਘਾਟੇ 'ਚ ਆ। ਔਰ ਇਹ ਗੱਲ ਜਿਹੜਾ ਹੁਣ ਇੰਨਾ ਚੋਂ ਜਿਹੜੀ ਇਨਕਮ ਆਪ ਚਨਵੀਅਰ 297 ਉਹਦੇ ਚੋਂ ਜਿਹੜੀ ਸਾਡੀ ਸੈਲਰੀ ਆ, ਮੁਲਾਜ਼ਮਾਂ ਦੀ ਅਧਿਕਾਰੀਆਂ ਜਿਹੜੀ ਤਨਖਾਹ ਜਾਂਦੀ ਹੈ ਹਰ ਸਾਲ ਉਹ ਲਗਭਗ 27713 ਕਰੋੜ ਰੁਪਈਆ ਹਰ ਸਾਲ ਜਾਂਦੀ ਹੈ। ਪੈਨਸ਼ਨ ਜਾਂਦੀ ਹੈਗੀ ਹੈ 11767 ਕਰੋੜ ਰੁਪਈਆ। ਮਤਲਬ ਸੈਲਰੀ ਤਨਖਾਹ ਤੇ ਪੈਨਸ਼ਨ ਜੋੜ ਲਈਏ ਉਹ ਲਗਭਗ 40000 ਕਰੋੜ ਰੁਪਈਆ ਬਣ ਜਾਂਦੀ ਹੈ। 95297 ਚੋਂ ਅਗਰ ਪੈਨਸ਼ਨ ਤੇ ਤਨਖਾਹ ਕੱਢ ਲਈਏ 40000 ਕਰੋੜ ਰੁਪਏ ਲਗਭਗ 45000 ਕਰੋੜ ਰੁਪਏ ਬਚਦਾ ਲੇਕਿਨ ਉਹਦੇ ਚੋਂ ਵੀਰ 315 ਸਾਡੀ ਵਿਆਜ ਚਲਾ ਜਾਂਦਾ 14000 ਕਰੋੜ ਦੇ ਕਰੀਬ ਸਬਸਿਡੀ ਆ ਉਹ ਚਲੀਆਂ ਜਾਂਦੀਆਂ ਤੇ ਬਾਕੀ ਇਹਦੇ ਜੇ ਰਹਿ ਜਾਂਦਾ ਜਿਹੜਾ 7000 ਕਰੋੜ ਉਹਦੇ ਚੋਂ 4000 ਕਰੋੜ ਰੁਪਏ ਰੂਰਲ ਡਿਵੈਲਪਮੈਂਟ ਤੇ ਲੋਕਲ ਬਾਡੀ ਨੂੰ ਦੇਣਾ ਪੈਂਦਾ ਤੇ ਬਚਦਾ ਪਿੱਛੇ ਖਾਲੀ ਪੀਪਾ ਕਿ ਸਾਡੇ ਇਨਕਮ ਘਟਾ ਤੇ ਖਰਚੇ ਜ਼ਿਆਦੇ ਨੇ ਮੂਹ ਰਹੀ ਗੱਲ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ 2002 ਤੋਂ ਲੈ ਕੇ 2007 ਤੱਕ ਉਦੋਂ ਪੰਜਾਬ ਤੇ 51153 ਕਰੋੜ ਰੁਪਏ ਦਾ ਕਰਜ਼ਾ ਸੀ ਫਿਰ 7 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਜਿਹਦੀ ਅਗਵਾਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਾ ਕੀਤੀ ਫਿਰ ਪੰਜਾਬ ਤੇ ਜਿਹੜਾ 2007 ਤੱਕ 51153 ਕਰੋੜ ਰੁਪਏ ਦਾ ਕਰਜ਼ਾ ਸੀ ਉਹ ਕਾਲੀਆਂ ਦੀ ਸਰਕਾਰ ਵੇਲੇ ਵੱਧ ਕੇ 1 ਕਰੋੜ 82 ਲੱਖ ਰੁਪਏ ਦਾ ਕਰਜ਼ਾ ਹੋ ਗਿਆ ਮਤਲਬ ਜੇ ਅਸੀਂ 1 ਕਰੋੜ 82 ਲੱਖ ਚੋਂ 51153 ਕਰੋੜ ਘਟਾ ਲਈਏ ਤੇ ਲਗਭਗ 1 ਕਰੋੜ 30848 47 ਕਰੋੜ ਰੁਪਇਆ ਅਕਾਲੀਆਂ ਵੇਲੇ ਪੰਜਾਬ ਤੇ ਕਰਜ਼ਾ ਚੜ ਗਿਆ ਕੁੱਲ ਕਰਜ਼ਾ ਹੋ ਗਿਆ 17 ਤੱਕ 182000 ਕਰੋੜ ਰੁਪਇਆ ਫਿਰ 17 ਤੋਂ ਲੈ ਕੇ 22 ਤੱਕ ਕੈਪਟਨ ਮਰਿੰਦਰ ਸਿੰਘ ਨੇ 4.5 ਸਾਲ ਤੋਂ ਜ਼ਿਆਦਾ ਸਰਕਾਰ ਕੀਤ ਰਾਜ ਕੀਤਾ ਤੇ 111 ਦਿਨ ਚੰਨੀ ਸਰਕਾਰ ਨੇ ਕੰਮ ਕੀਤਾ ਮਤਲਬ ਕਾਂਗਰਸ ਸਰਕਾਰ ਨੇ ਫਿਰ ਜਿਹੜਾ ਪੰਜਾਬ ਤੇ ਕਾਲੀਆਂ ਵੇਲੇ 182000 ਕਰੋੜ ਦਾ ਕਰਜ਼ਾ ਸੀ ਉਹ ਫਿਰ ਕੈਪਟਨ ਮਿੰਦਰ ਸਿੰਘ ਦੀ ਜਾਂ ਕਾਂਗਰਸ ਸਰਕਾਰ ਚ ਕਾਰਨ 273000 ਕਰੋੜ ਦਾ ਕਰਜ਼ਾ ਹੋ ਗਿਆ ਤੇ ਜੇ ਅਸੀਂ 273000 ਕਰੋੜ ਚੋਂ 182000 ਕਰੋੜ ਮਾਈਨਸ ਕਿਹੜਾ ਕਰਦੀਏ ਘਟਾਦੀਏ ਤੇ ਲਗਭਗ 51000 ਕਰੋੜ ਰੁਪਇਆ ਕੈਪਟਨ ਅਮਰਿੰਦਰ ਸਿੰਘ ਔਣੀ ਪੰਜਾਬ ਤੇ ਜਾਂ ਕਾਂਗਰਸ ਪੰਜਾਬ ਸਰਕਾਰ ਪੰਜਾਬ ਤੇ ਚੜ ਗਈ ਹੁਣ ਕੁੱਲ ਮਿਲਾ ਕੇ ਕਿ ਹੁਣ ਆਮ ਆਦਮੀ ਪਾਰਟੀ ਨੇ ਵੀ 8000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਮਤਲਬ 2 ਮਹੀਨੇ ਹੋਏ ਨਹੀਂ ਤੇ 2 ਮਹੀਨਿਆਂ ਚ 8000 ਕਰੋੜ ਰੁਪਇਆ ਕਰਜ਼ਾ 1 ਮਹੀਨੇ ਦਾ ਔਸਤਨ 4000 ਕਰੋੜ ਰੁਪਇਆ ਤੇ ਜੇ ਜਿੱਦਾਂ ਸ਼ੁਰੂਆਤੀ ਚ ਅਸੀਂ ਗੱਲ ਕੀਤੀ ਹੈਗੀ ਕਿ ਜੇ ਹਰ ਮਹੀਨੇ ਦੇ 4000 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਤੇ 12 ਚੌਕ 48 48000 ਹੋਏਗਾ ਖਰਚਾ ਕਰਜ਼ਾ ਲੈਣਾ ਪਏਗਾ ਸਰਕਾਰ ਚਲਾਉਣ ਵਾਸਤੇ ਤੇ ਕੀ ਹੁਣ ਭਗਵੰਤ ਮਾਨ ਪਿਛਲਿਆਂ ਦੀ ਜਾਂਚ ਕਰਨਗੇ ਕਿ ਕਿਵੇਂ ਕਰਜ਼ਾ ਚੜਿਆਗਾ ਜਾਂ ਫਿਰ ਹੁਣ ਖੁਦ ਦੀ ਜਾਂਚ ਕਰਨਗੇ ਕਿ ਕਿਉਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਨੂੰ ਸਰਕਾਰ ਚਲਾਉਣ ਵਾਸਤੇ 2 ਮਹੀਨਿਆਂ ਚ 8000 ਕਰੋੜ ਰੁਪਈਆ ਲੈਣਾ ਪਿਆ ਜਾਂ ਫਿਰ ਇਹ ਸਹੀ ਸੀ ਜਾਂਚ ਦੇ ਤੇ ਸਾਰੇ ਵਿਸ਼ੇ ਬਣ ਗਏ ਕਿ ਜੇ ਪਿਛਲੇ ਵਾਲੇ ਨੇ ਕਰਜ਼ਾ ਚਾੜਿਆ ਤਾਂ ਤੁਹਾਨੂੰ ਵੀ ਸਰਕਾਰ ਚਲਾਉਣ ਵਾਸਤੇ ਕਰਜ਼ਾ ਲੈਣਾ ਪੈ ਰਿਹਾ ਜਾਂ ਪਿਛਲੇ ਸਹੀ ਸਨ ਜਾਂ ਪਿਛਲੇ ਗਲਤ ਆ ਜਾਂ ਜੇ ਪਿਛਲੇ ਗਲਤ ਸਨ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਸਹੀ ਹੋਗੀ ਕਿ ਜਿਨ੍ਹਾਂ ਨੂੰ ਸਰਕਾਰ ਚਲਾਉਣ ਵਾਸਤੇ ਪਹਿਲੇ 2 ਮਹੀਨਿਆਂ ਚ 8000 ਕਰੋੜ ਰੁਪਇਆ ਲੈਣਾ ਪਿਆ ਸਵਾਲ ਆ ਸੱਤਾ 'ਚ ਜੇ ਜਦੋਂ ਤੁਸੀਂ ਨਹੀਂ ਹੁੰਦੇ ਸਰਕਾਰਾਂ ਨੂੰ ਬਹੁਤ ਸਾਰੇ ਤੁਸੀਂ ਘੇਰਦੇ ਜੇ ਗੱਲਾਂ ਕਰਨੀਆਂ ਸੁਖਾਲੀਆਂ ਹੁੰਦੀਆਂ ਲੇਕਿਨ ਜਦੋਂ ਤੁਸੀਂ ਸਰਕਾਰ 'ਚ ਆ ਜਾਂਦੇ ਨੇ ਤੇ ਗੱਲਾਂ ਸੌਖੀਆਂ ਨਹੀਂ ਬੜੀਆਂ ਔਕੀਆਂ ਹੋ ਜਾਂਦੀਆਂ ਪਰ ਸਵਾਲ ਪੰਜਾਬ ਤੇ ਆ ਕਿ ਪੰਜਾਬ ਨੂੰ ਪਿਛਲੇ ਵੀ ਡੋਬ ਗਏ ਅਕਾਲੀ ਵੀ ਡੋਬ ਗਏ ਕਾਂਗਰਸ ਵੀ ਡੋਬ ਗਏ ਲੋਕ ਇਸੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਸੀ ਤੇ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਬਦਲਾਅ ਦੇ ਨਾਮ ਤੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ 2 ਮਹੀਨਿਆਂ ਚ 8000 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਹੁਣ ਜਾਂਚ ਕਿਹਦੀ ਹੋਏਗੀ ਕਿ ਕਰਜ਼ਾ ਲੈਣ ਤੋਂ ਬਗੈਰ ਸਰਕਾਰ ਚੱਲ ਸਕਦੀ ਹੈ ਹਜੇ ਤੇ ਡਿਵੈਲਪਮੈਂਟ ਵੀ ਨਹੀਂ ਸ਼ੁਰੂ ਹੋਈ ਸਰਕਾਰ ਨੂੰ ਤੇ ਹਜੇ ਸਮਝ ਵੀ ਨਹੀਂ ਲੱਗ ਰਹੀ ਹੈਗੀ ਹੱਲੇ ਤੇ ਆਮ ਆਦੀ ਪਾਰਟੀ ਦੇ ਵਿਧਾਇਕ ਠਾਣਿਆਂ ਚ ਕਚਹਿਰੀਆਂ ਚ ਹਸਪੀਟਲਾਂ ਚ ਜਾ ਕੇ ਲੋਕਾਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਦਬਕ ਕੇ ਹੀ ਮਾਰ ਰਹੇ ਨੇ ਨਸ਼ਾ ਉਸੇ ਤਰ੍ਹਾਂ ਹੀ ਵਿਕ ਰਿਹਾ ਮਾਈਨਿੰਗ ਉਸੇ ਤਰ੍ਹਾਂ ਹੀ ਹੋ ਰਹੀ ਆ ਤੇ ਫਿਰ ਇੱਕ ਕਰਜ਼ੇ ਕਿਵੇਂ ਉਤਰੂਗਾ ਸ਼ਰਾਬ ਉਸੇ ਤਰ੍ਹਾਂ ਬਲੈਕ ਹੋ ਰਹੀ ਹੈ ਤੇ ਹੁਣ ਕਿੱਥੇ ਗਿਆ ਅਰਵਿੰਦ ਕੇਜਰੀਵਾਲ ਦਾ ਦਿੱਲੀ ਮਾਡਲ ਕਿੱਥੇ ਗਿਆ ਭਗਵੰਤ ਮਾਨ ਦੇ ਉਹ ਨਾਰੇ ਕਿ ਕੰਗਲੇ ਪੰਜਾਬ ਨੂੰ ਰੰਗਲਾ ਬਣਾਉਣਾ ਪਰ ਸਵਾਲ ਹੈ ਕਿ ਅਸੀਂ ਪੰਜਾਬ ਨੂੰ ਕੀ ਕਹੀਏ ਖੁਦਕੁਸ਼ੀਆਂ ਕਰਨ ਵਾਲਾ ਪੰਜਾਬ ਨਸ਼ੇ ਵਾਲਾ ਪੰਜਾਬ ਜਾਂ ਜਿਹੜੀ ਪੰਜਾਬ ਦੀ ਜਵਾਨੀ ਛੱਡ ਕੇ ਬਾਹਰ ਜਾ ਰਹੀ ਆ ਉਹ ਪੰਜਾਬ ਵਾਖੇ ਜਾਂ ਫਿਰ ਕਰਜ਼ਿਆਂ ਵਾਲਾ ਪੰਜਾਬ ਤੁਸੀਂ ਆਪ ਇਹ ਸਵਾਲ ਲੱਭਣ ਦਾ ਯਤਨ ਕਰਿਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਹਾਂ ਸਾਡਾ ਪੇਜ ਫੇਸਬੁੱਕ ਪੇਜ ਤੇ YouTube ਪੇਜ ਜ਼ਰੂਰ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਕਿ ਪੰਜਾਬ ਦੇ ਲੋਕ ਮੁੱਦਿਆਂ ਦੀ ਲੋਕ ਹਿੱਤਾਂ ਦੀ ਤੇ ਪੰਜਾਬ ਦੀ ਅਸੀਂ ਹੀ ਗੱਲ ਕਰਦੇ ਹਾਂ ਬਹੁਤ-ਬਹੁਤ ਸ਼ੁਕਰੀਆ